ਵੱਡੀ ਖਬਰ ਪਠਾਨਕੋਟ ਤੋਂ ਜਿੱਥੇ ਮਾਈਨਿੰਗ ਠੇਕੇਦਾਰ ਦੀ ਗੱਡੀ ਤੇ ਹਮਲਾ ਕਰ ਕਰੀਬ 10 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਪਠਾਨਕੋਟ ਦੇ ਕੰਤਾਰਪੁਰ ਇਲਾਕੇ ਦੇ ਵਿੱਚ ਬੀਤੀ ਸ਼ਾਮ ਦੀ ਹੈ, ਜਿੱਥੇ ਸੈਂਟਰੋ ਗੱਡੀ ਵਿੱਚ ਆਏ 4 ਹਥਿਆਰਬੰਦ ਲੁਟੇਰਿਆਂ ਨੇ ਮਾਈਨਿੰਗ ਠੇਕੇਦਾਰਾਂ ਦੇ ਇੰਚਾਰਜ ਦੀ ਬਲੈਰੋ ਗੱਡੀ ਨੂੰ ਅਚਾਨਕ ਰੋਕਿਆ, ਹਮਲਾ ਕੀਤਾ ਤੇ ਬੰਦੂਕ ਦੀ ਨੋਕ ਤੇ ਕਰੀਬ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਲੁਟੇਰਿਆਂ ਦੀ ਗੱਡੀ ਹਿਮਾਚਲ ਦੇ ਨੰਬਰ ਦੀ ਸੀ। ਉੱਥੇ ਹੀ ਵਾਰਦਾਤ ਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀਆਂ ਵੱਲੋਂ ਥਾਂ ਥਾਂ ਤੇ ਨਾਕੇਬੰਦੀ ਕਰ ਲੁਟੇਰਿਆਂ ਦੀ ਭਾਲ ਜਾਰੀ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਾਡੇ ਮੀਰਥਲ ਇੱਥੇ ਨੰਗਲਪੁਰ ਦੇ ਏਰੀਏ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜੇ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੂੰ ਕੀ ਹੈਗਾ ਜੀ ਪੈਸਿਆਂ ਦੀ ਹੋਈ ਹੈ। ਕਿੰਨੀ ਲੁੱਟ ਔਰ ਕਿੱਦਾਂ ਕੀਤੀ ਗਈ ਹੈ ਔਰ ਕਿਹਦੇ ਤੋਂ ਹੋਈ ਹੈ? ਇਹ ਸੈਂਟਰੋ ਕਾਰ ਤੇ 4 ਬੰਦੇ ਆਏ ਨੇ ਜਿਨ੍ਹਾਂ ਨੇ ਦਾਤਰ ਮਾਰ ਕੇ ਕੁਝ ਬੰਦੇ ਤੋਂ ਪੈਸੇ ਲੁੱਟ ਕੇ ਲਾਏ। ਕਿੰਨੇ ਪੈਸੇ ਐਗਜ਼ੈਕਟਲੀ ਉਹ ਨਹੀਂ ਦੱਸ ਪਾ ਰਹੇ ਕਿਉਂਕਿ ਉਹਨਾਂ ਦਾ ਹਜੇ ਹਿਸਾਬ ਕਿਤਾਬ ਕਰਕੇ ਫਿਰ ਐਗਜ਼ੈਕਟਲੀ ਦੱਸਣਗੇ ਕਿੰਨੇ ਪੈਸੇ। ਸਾਨੂੰ ਇਨਫੋਰਮੇਸ਼ਨ ਇਹ ਹੈ ਕਿ 10 ਲੱਖ ਦੇ ਕਰੀਬ ਪੈਸਿਆਂ ਦੀ ਲੁੱਟ ਹੋਈ ਹੈ। ਐਗਜ਼ੈਕਟਲੀ ਹਜੇ ਦੱਸ ਨਹੀਂ ਪਾ ਰਹੇ ਉਹ ਸਾਨੂੰ ਕਿਉਂਕਿ ਉਹ ਹਿਸਾਬ ਕਿਤਾਬ ਕਰਕੇ ਫਿਰ ਹੀ ਇੱਕ ਵਾਰੀ ਦੱਸਣਗੇ ਜੇ ਹੋਏਗਾ ਜਿੰਨਾ ਵੀ ਹੋਏਗਾ ਉਹਨਾਂ ਦਾ ਹੋਏਗਾ। ਹਥਿਆਰ ਵਗੈਰਾ? ਹਥਿਆਰ ਦਾਤਰ ਮਾਰਿਆ ਉਹਨਾਂ ਦੇ, ਗੱਡੀ 'ਤੇ ਮਾਰਿਆ, ਇੰਜਰਡ ਕੋਈ ਨਹੀਂ ਹੋਇਆ ਉਹਨਾਂ ਦਾ। ਦੂਸਰਾ ਨਾਕੇਬੰਦੀ ਕੀਤੀ ਗਈ ਹੈ? ਬਿਲਕੁਲ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਾਰਾ ਕੁਝ ਤੁਹਾਨੂੰ ਦੱਸਦਾ, ਬਹੁਤ ਜਲਦੀ ਕੇਸ ਟ੍ਰੇਸ ਕਰ ਲਾਂਗੇ ਅਸੀਂ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।